ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਬਾਪੂ ਜੀ, ਅੱਜ ਥੋੜ੍ਹਾ ਜਿਹਾ ਧਰਨੇ ਬਾਰੇ ਗੱਲਾਂ ਦੱਸਣ ਲੱਗੇ ਆਪਾਂ ਨੂੰ। ਜਿਹੜਾ ਆਪਣਾ ਧਰਨਾ ਲੱਗਿਆ ਪਿਆ, ਇਹ ਜਿਹੜੇ ਆਰਡੀਨੈਂਸ 3 ਬਿੱਲ ਪਾਸ ਕਰੇ ਆ ਉਹਨਾਂ ਨੂੰ ਕੈਂਸਲ ਮਤਲਬ ਮੋਦੀ ਸਰਕਾਰ ਨੇ ਨਹੀਂ ਕਰਿਆ, ਉਹਦੇ ਬਾਰੇ ਥੋੜ੍ਹੀ ਜਿਹੀ ਗੱਲਾਂ ਕਰਨ ਲੱਗੇ ਆ। ਅਸੀਂ ਤਾਂ ਦੱਸਦੇ ਹਾਂ ਜੀ ਵੀ ਸਰਕਾਰ ਨੂੰ ਝੁਕਣਾ ਪਊਗਾ ਕਿਤੇ ਨਾ ਕਿਤੇ ਜਾ ਕੇ। ਥੋੜ੍ਹੀ ਜਿਹੀ ਅਸੀਂ ਰਾਤ ਦੀ ਵੀ ਦੇਖਦੇ ਹਾਂ, ਉਹਨਾਂ ਦੀ ਜਿਹੜੀ ਮੀਟਿੰਗ ਹੋਈ ਤੀ ਉਹਦੇ 'ਚ ਵੀ ਦੇਖਿਆ ਸੀ, ਟੀ ਵੀ ਚੈਨਲ ਦਿਖਾ ਰਹੇ ਵੀ ਸਰਕਾਰ ਝੁਕਦੀ ਦਿਖਦੀ ਹੈ। ਕਿਉਂਕਿ ਇੱਧਰ ਕਿਸਾਨਾਂ ਦਾ ਵੀ ਧਰਨਾ ਕਈ ਦਿਨ ਹੋ ਗਏ ਹੁਣ ਬੈਠੇ ਨੇ ਉੱਥੇ। ਹਾਂ, ਜਦ ਬੈਠਦੇ ਹਾਂ ਉੱਥੇ ਸਰਕਾਰ ਨੂੰ ਦੇਖਦੀ ਹੈ, ਹੋਰ ਆਲੇ ਦੁਆਲੇ ਦੇ ਮੁਲਖ ਵੀ ਸਾਰੇ ਹੀ ਦੇਖ ਰਹੇ ਉੱਥੇ ਬੈਠਿਆਂ ਨੂੰ। ਹਰੇਕ ਕੰਟਰੀ ਦਾ ਬੰਦਾ ਦੇਖ ਰਿਹਾ, ਹਰੇਕ ਕੰਟਰੀ ਦਾ ਬੰਦਾ ਸਮਰਥਨ ਵੀ ਦੇ ਰਿਹਾ। ਬਾਹਰਲੇ ਮੁਲਕ 'ਤੇ ਬੈਠੇ ਉਹ ਸਮਰਥਨ ਵੀ ਦੇ ਰਹੇ, ਕੋਈ ਕੁਛ ਕਹਿੰਦਾ ਵੀ ਮੈਂ ਬਣਾ ਕੇ ਦੇ ਦਿੰਦਾ ਕਿਸਾਨਾਂ ਨੂੰ, ਕਿਉਂਕਿ ਕਿਸਾਨਾਂ ਨੇ ਆਪਣਾ ਘਰ ਛੱਡਿਆ ਹੋਇਆ। ਜਿਹੜੇ ਦੇਸ਼ ਨੂੰ ਅੰਨ ਦੇਣ ਵਾਲੇ ਹੈ ਉਹ ਸੜਕਾਂ 'ਤੇ ਬੈਠੇ, ਬਾਹਰਲੇ ਦੇਸ਼ ਵਾਲੇ ਵੀ ਇਹੀ ਦੇਖ ਰਹੇ ਆਪਣੇ ਦੇਸ਼। ਪਰ ਸਰਕਾਰ ਨੂੰ ਆਪਣਾ ਜਿਹੜਾ ਅੜੀਵਾਲਾ ਰਵੱਈਆ ਇਹ ਛੱਡਣਾ ਪਊਗਾ, ਕਿਸੇ ਨਾ ਕਿਸੇ ਤਰ੍ਹਾਂ ਛੱਡਣਾ ਪਊਗਾ। ਉਹ ਚਾਹੋ 10 ਦਿਨ, 5 ਦਿਨ, 4 ਦਿਨ ਵਿੱਚ ਜਦੋਂ ਹੁਣ, ਕਿਉਂਕਿ ਸੁਖੀ ਤਾਂ ਉਹ ਵੀ ਨਹੀਂ ਹੈਗੇ ਉੱਥੇ। ਜੇ ਕਹੇ ਦਿੱਲੀ 'ਚ ਬੈਠੇ ਸੁਖੀ ਉਹ ਵੀ ਨਹੀਂ ਹੈਗੇ, ਕਿਉਂਕਿ ਆਲੇ ਦੁਆਲੇ ਬਾਰਡਰਾਂ 'ਤੇ ਕਿਸਾਨ ਬੈਠੇ। ਸਹੀ ਗੱਲ ਹੈ। ਜਿਹੜੇ ਦਿੱਲੀ 'ਚ ਹੋਰ ਵਸੰਦੇ ਹੈ ਹੋਰ ਵੀ ਬੈਠੇ, ਉਹ ਵੀ ਔਖੇ ਹੋਏ ਹੋਏ, ਸਾਰੇ ਤੰਗ, ਸਾਰੇ ਤੰਗ ਹੋਏ ਹੋਏ। ਜਦ ਤੰਗੀ ਹੋਰ ਗਾਂ ਤੇ ਗਾਂ ਤੰਗੀ ਆਈ ਜਾਣੀ ਹੈ, ਕਿਉਂਕਿ ਇੱਧਰ ਵੀ ਇਹਨਾਂ ਨੇ ਥੋੜ੍ਹੇ ਜਿਹਾ ਕਿਸਾਨਾਂ ਨੇ ਵਧਾ ਦੇਣਾ ਫਿਰ ਆਪਣਾ ਕੰਮ। ਸਹੀ ਗੱਲ ਹੈ ਬਈ, ਤੰਗ ਕਰਨ, ਕਿਉਂਕਿ ਜਨਤਾ ਨੇ ਤੰਗ ਹੋਣਾ ਤਾਂ ਸਰਕਾਰ ਨੂੰ ਦਾਅ ਪੈ ਜਾਣਾ, ਆਪੇ ਦੁਆ ਪੈ ਜਾਣਾ, ਅੰਤਲਿਆਂ ਨੇ ਰੌਲਾ ਪਾਉਣ ਲੱਗ ਜਾਣਾ। ਇਹਨਾਂ ਰਾਸ਼ਨ ਪਾਣੀ ਘੱਟ 'ਚ ਘੱਟਦਾ, ਹੌਲੀ ਹੌਲੀ ਘੱਟਦਾ, ਘੱਟੀ ਹੋ ਜਾਂਦਾ। ਕਿਸੇ ਨੇ ਆਉਣਾ ਜਾਣਾ, ਨੌਕਰੀ ਨੂੰ ਲੱਖਣਾ ਬੰਦ। ਪਰ ਇਹ ਸਰਕਾਰ ਨੂੰ ਐਨ ਡੂੰਘੀ ਸੋਚ ਕੇ ਸੋਚਣਾ ਚਾਹੀਦਾ ਵੀ ਹੈ ਕੁਛ ਨਹੀਂ ਸਰਕਾਰ ਘਰੋਂ, ਵੀ ਐਂ ਜੇ ਬੰਦ ਕਰਨਾ ਹੋਵੇ ਨਾ ਚੀਜ਼ ਨੂੰ, ਆਰਡੀਨੈਂਸਾਂ ਨੂੰ, ਉਹਨਾਂ ਨੂੰ ਇਜਲਾਸ ਬੁਲਾ ਕੇ ਬੰਦੇ ਕਰ ਦੇਣਾ ਬਸ, ਵੀ ਨਹੀਂ ਜੇ ਵਾਪਸ ਲੈ ਲਏ ਸੀ। ਸੈਨੇ ਕਰਨੇ ਸੈਨੇ ਹੋਣੇ ਆ, ਜਾਣੀ ਇਜਲਾਸ ਤਾਂ ਬਿਠਾਲਣਾ ਪਊਗਾ ਜਿਹੜੇ 'ਚ ਪਾਸ ਹੋਏ ਆ, ਉਹਨਾਂ ਹੈ ਤਾਂ ਬੰਦੇ ਉਹੀ ਹੈ ਜੀ, ਉਹਨਾਂ ਨੇ ਬੰਦ ਕਰ ਦੇਣਾ ਫਿਰ। ਜੇ ਸਰਕਾਰ ਚਾਹਵੇ ਕਰਨਾ ਪੈਣਾ ਸਰਕਾਰ ਨੂੰ। ਅਤੇ ਕਿਉਂਕਿ ਇਹ ਜਿਹੜੇ ਪੰਜਾਬ ਦੇ ਹੈ ਜ਼ਿਮੀਂਦਾਰ ਹੈ ਭਾਵੇਂ ਜੱਟ ਹੈ, ਇਹ ਜਿੱਥੇ ਬੈਠ ਜਾਣਾ ਫਿਰ ਪਿੱਛੇ ਨਹੀਂ ਹਟਦੇ। ਜਾਂ ਪੰਜਾਬ ਦੇ ਵਿੱਚ ਇੱਥੇ ਚੱਲ ਕਿਤੇ ਵੀ ਦੇਖ ਲਿਓ, ਚਾਹੇ ਫੌਜੀ ਲੜਾਈ ਲੜਨ ਉੱਥੇ ਵੀ ਮੂਹਰੇ ਹੋਊਗੇ, ਹੋਰ ਕਿਤੇ ਵੀ ਦੇਖ ਲਿਓ ਪੰਜਾਬੀ, ਜੇ ਕਿਤੇ ਬਾਹਰਲੇ ਦੇਸ਼ਾਂ 'ਚ ਵੀ ਕਿਤੇ ਕੋਈ ਪੜ੍ਹ ਲਓ ਜੀ ਪੈ ਜਾਵੇ ਤਾਂ ਇੱਧਰ ਦੇ ਲੰਗਰ ਉੱਥੇ ਭੇਜ ਦੇਣੇ ਚਾਹੀਦੇ ਪੰਜਾਬ ਦੇ। ਹੁਣ ਵੀ ਤੁਸੀਂ ਸਾਰੇ ਟੀਵੀਆਂ 'ਚ ਦੇਖ ਰਹੇ ਹੋ ਉੱਥੇ ਵੀ ਜਿਹੜੇ ਲਾਗ ਲਾਗ ਦੇ ਘਰਾਂ ਵਾਲੇ ਉਹ ਲੰਗਰ ਛਕਣ ਆ ਜਾਂਦੇ ਉੱਥੇ, ਉਹਨਾਂ ਦੇ 5-7 ਦਿਨ ਹੋ ਗਏ ਘਰਾਂ 'ਚ ਰੋਟੀਆਂ ਬਣਾਈਆਂ ਨੇ। ਸਹੀ ਗੱਲ ਹੈ, ਕਿਉਂਕਿ ਰਲੇ ਮਿਲੇ ਆ ਸਾਰੇ, ਜਦ ਕਿਸਾਨਾਂ ਦੇ ਵਿੱਚ ਰਲ ਕੇ ਆ ਕੇ ਉਹ ਕਿਸਾਨ ਹੀ ਬਣ ਗਏ ਉੱਥੇ ਦੇ, ਰੋਟੀ ਖਾ ਕੇ ਲੰਗਰ 'ਚ ਕਹਿੰਦੇ ਅਸੀਂ ਬਹੁਤ ਖੁਸ਼ ਉੱਥੇ ਤੇ। ਜਿਹੜੇ ਹੁਣ ਵਿੱਚ ਵਿੱਚ ਹੋਰ ਸਮਰਥਨ ਹੋਣ ਲੱਗ ਗਿਆ, ਹੁਣ ਤੇਲ ਪੈਟਰੋਲ ਪੰਪ ਵਾਲਿਆਂ ਨੂੰ ਦੇਖ ਗਿਆ, ਉਹ ਵੀ ਕਹਿੰਦੇ ਅਸੀਂ ਫ੍ਰੀ ਤੇਲ ਪਾ ਦੇਣਾ। ਪਿਆਰ ਉਹਨਾਂ ਦਾ ਵੀ ਹੈ ਵੀ ਉਹਨਾਂ ਨੂੰ ਵੀ ਦਿਖ ਰਿਹਾ ਹੈ ਵੀ ਕਿੰਨੇ ਦਿਨ ਹੋ ਗਏ ਬੈਠੇ। ਹਾਂ, ਦਿਖਦਾ ਉਹਨਾਂ ਨੂੰ ਵੀ ਹੈ ਵੀ ਇਹ 8-10 ਦਿਨ ਹੋ ਗਏ, 7-7 ਦਿਨ 8 ਦਿਨ ਹੋ ਗਏ ਚੱਲੇ ਘਰ ਛੱਡ ਕੇ ਆਏ ਸਾਰੇ। ਪਰ ਜਿਹੜੇ ਕਿਸਾਨ ਉਹ ਖੁਸ਼ ਆ, ਕਹਿੰਦੇ ਵੀ ਠੀਕ ਆ ਅਸੀਂ ਖੁਸ਼ੀ ਖੁਸ਼ੀ ਕੱਟਦੇ, ਜੇ ਉਹ ਤਸੱਦਦ ਵੀ ਕਰਨਾ ਚਾਹੁੰਦੇ ਤਾਂ ਅਸੀਂ ਸਹਿਲੂਗੇ। ਹੁਣ ਸਰਕਾਰ ਕੋਲ 2 ਰਸਤੇ, ਜਾਂ ਤਾਂ ਸਰਕਾਰ ਕਰੂਗੀ ਪਾਸ ਜਾਂ ਫਿਰ ਕੈਂਸਲ। ਨਹੀਂ ਨਹੀਂ, ਕਿਸਾਨਾਂ ਤਸੱਦਦ ਕਰੂਗੀ ਫਿਰ ਸਰਕਾਰ ਨੂੰ ਉਲਟ ਹੋਰ ਪੈ ਜਾਣਾ ਹੋਰ ਮੁਲਕਾਂ ਨੇ ਵੀ ਤਾਂ ਗਲਤ ਕਰਿਆ ਸਰਕਾਰ ਵਾਲੇ, ਕਰ ਨਹੀਂ ਰਹੀਏ। ਕਿਉਂਕਿ ਸਾਰੇ ਜਿਹੜੇ ਆਪਣੇ ਪੰਜਾਬੀ ਬਾਹਰਲੇ ਮੁਲਕਾਂ 'ਚ ਬੈਠੇ ਸਭ ਸੰਯੋਗ ਦੇ ਰਹੇ ਆ, ਬਾਹਰ ਵੀ ਵੀਡੀਓ ਜਾ ਰਹੀਆਂ ਸਾਰੀਆਂ, ਸਾਰੇ ਬਾਹਰ ਵੀਡੀਓ ਬਾਹਰ ਜਾਣੇ, ਮੀਡੀਆ ਵਾਲਿਆਂ ਦਾ ਸਾਰਾ ਕੁਝ ਬਾਹਰ ਚੈਨਲ ਉਹ ਇਕੱਲੇ ਇਕੱਲੇ ਦੇਖਦੇ ਬੈਠੇ ਐਨ। ਅਤੇ ਇਹ ਹੁਣ ਮੋਦੀ ਸਰਕਾਰ ਦੇ ਰਿਕਾਰਡ 'ਚ ਲਿਖੀਆਂ ਜਾਣੀਆਂ ਗੱਲਾਂ, ਅਤੇ ਚਲੋ ਸਰਕਾਰ ਨੂੰ ਗਾਹਾਂ ਨੂੰ ਬਣਨ ਦੀ ਆਸ ਵੀ ਹੁੰਦੀ ਹੈ ਵੀ ਅਸੀਂ ਜੇ ਚੰਗੇ ਕੰਮ ਕਰ ਰਹੇ ਹੋ, ਚੰਗਾ ਕੰਮ ਕਰ ਦੇਣਾ, ਜੇ ਹੁਣ ਆਹ ਲੈ ਲੈਣ ਵਾਪਸ ਤਾਂ ਉਹਨਾਂ ਕਹਿੰਦੇ ਚੰਗਾ ਕੰਮ ਕਰਤਾ, ਫਿਰ ਆਸ ਵੀ ਹੈ ਉਹਨਾਂ ਨੂੰ ਗਾਹਾਂ ਬਣਨੇ ਦੀ, ਨਹੀਂ ਉਹਨਾਂ ਦੀ ਯਕੀ ਗਈ ਆਸ। ਕਿਉਂਕਿ ਲੱਖਾਂ ਬੰਦਾ ਜਿਹੜਾ ਉੱਥੇ ਬੈਠਾ ਹੈ ਉਹ ਫਿਰ ਤੰਗ ਆ ਕੇ, ਹੁਣ ਉੱਥੇ ਐਂ ਇਕੱਲਾ ਪੰਜਾਬ ਵੀ ਨਹੀਂ ਹੈਗਾ,
हरियाणा हरियाणा भी एक होर स्टेटा भी आई हुई सारी जो हम मोदी का कहना मैं पंजाब सियाण में नहीं आए तो पर जी स्टेटा होर आई उन्होंने भी तो उन्हें बनना उत्थे जो कल पंजाब नहीं कहना वो पंजाब ने भी बनाना पंजाब भी हिस्सेदार है पर जानी उन्हें सोचना पेगा जोड़े गैल वो सारे मंत्री हैं उन्होंने भी सोचनी पई हुई है सोचनी बहुत पई हुई उन्होंने भी क्या करिए जो वापस लेने तो हथक भी मानते थोड़ी बेजती मानते लेनी पैनी भी है लेनी पैनी भी जरूर जोड़े किसान है वह कहें भी असी आते चाहे साल ही लग जाए हाँ तो है भी असी बिल जो शांतमई धरना रखना तो भावें साल बंदी चली 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 शांतमई पर शांत भी इन्हें रख नहीं सकती सरकार भी जा सारे पास तो बॉर्डर बंद है सही गल है जब अंदर जाना आना बंद हो जाए बस फिर गांह गांह तकरारा वधी जानी है कि नवी सोच आई जाती कोई सोध होर कढ़ लेनी जो किसानों अठ दिन बैठे न हो गए है जो हम कहने भी अठ सत दिन होर बैठो तो कोई होर सोच कढ़ लेनी पिछले भी दिन दुध भी बंद कर दो खाना पीना बाहर बंद कर उन्होंने बंद कर दो अद्धे दिल्ली का भेत पा लिया होना किसान ने हाँ भी कहड़ा रास्ता किधर नूं जांदा उन्होंने सारे बंद कर देने सारे बंद कर देने हाल तक तो चलता पर जानी अगे अगे गांह गांह वधी जाना जदों उदो बंद कर फिर बंद कर देना हाले तक किसान मतलब अपनी अड़वाई नहीं करते प्यार नाल गए बैठे प्यार किसान तो प्यार गले उन्हों का हर रोज बयान उत्थे चलता भी असी प्यार गल शांति गल बैठे सारी पर यह भी गल है कहते भी असी ये तिने चीज़ा वापस कर लेनिया चाहिए सरकार को सारी ता मंग पूरी है ता मंग पूरी है कुछ अद्धिया कदने कर दें सोधा कर दें भी सोध कर दें असं पर जिहड़ी चीज़ है वह माड़ी है उन्होंने वापस ले लेना ठीक है सही गल सरकार तो बस यही रवैया जोड़ा अड़ियल रवैया इसनों कहने भी वह कहती देखो तंग कर दी असी तंग करके किसानों आप इन्होंने हौली हौली हो जाना पिछे पर नहीं यह मसला है हूँ बहुत उची पद्धर तक चले गया हूँ पिछे हटने का इधर भी नहीं गल हैगी किसानों की यह तो सरकार ने कोई बिच कढ़ना पैना मसला हल बस सारे कट्ठे बह गए ये देखो अज भी मीटिंग किसानों की इतने चलती है हैं उस मीटिंग क्या पास होंगे भी कल की मीटिंग सरकार ने फिर बुलाई हुई भी जाना कि नहीं जाना सही गल तो मतलब हरेक पिंड माते मतलब दस दस जाने की ड्यूटियां लगे ड्यूटियां लगे हुई हाँ जी हम साढ़े दुई शिफ्ट चल चल दूसरी शिफ्ट आ जाना हूँ तीस चालनी है हाँ मतलब जोड़े आ जाते हैं फिर अगले चले जाते सारे का नंबर आ जाना हरेक घर च एक एक बंद का हाँ हाँ जा जानू सारी तैयार है यही है भी कोई भी जवाब देने वाला जे एक जाना होगा वह कहूगा भी मैनू पाँच चार दिन का काम उन्होंने सर दूसरों भेज देना भी तेरी जगह दू आ जाता पार चार दिन तू अपना काम कर लें जो घर के काम है घरेलू काम घरेलू काम किसी ब्याह हो किसी शादी का किसी उस दिन आ जाए तो अगले छड़ देना वो पर दूसरा जाने तैयार है कहना मैं भेज दो मैं भेज दो सही गल तो बदल बदल घर च भी काम बदल बदल के चलने जी घर चल काम सारे हो जाने ये नहीं है भी कम नहीं कम सारे चलने कणक सारिया के बीज हो गई बस हूँ पानी है पानी भी कमी परमात्मा ने कृपा कर देनी मीह पा के पूरा ला देना उधर तो भी कृपा हो जाती फिर उन्हें मीह पा देना किसी ने पानी लाने की भी जरूरत नहीं होनी वो भी लखा बंदे नूं देख रहा बैठे नूं हाँ परमात्मा देखता हाँ परमात्मा देखता सारे भी शांति गल सारे एक लंगर सारे चलूंगे जो लंगर चलता एक लंगर च सारी आओ जी जो मर्जी है भावें दसून भी आ जाए तो भी सिखा दें सही गल है जिहड़े कुड़दे मारदे किसानां नूं पुलिस वाले उन्हां नूं भी लंगर छका रहे हाँ उन्हां नूं भी पानी च लंगर भी तुसीं भी आओ कोई चक्कर नहीं थानूं भी तुहाडे नाल भी प्यार है रोटी खा के जाने बिच आके तो मतलब इन्ने चंगे मतलब कई सारे ही चंगे है पंजाब वाले जिहड़े जिथे मर्जी दुख तकलीफ होवे लंगर पहला पहुंच जांदा है किसी भी कंट्री च किते भी हाड़ आवे भुजाल आवे दुख तकलीफ आ उत्थे पिछे नहीं हटदे फिर ना बजदा पंजाब दा पंजाब दा ना तो बजना ए है गुरुआं दी धरती है गुरुआं दी धरती है गुरुआं ने सिख यही दित्ती होई भी ये दूसरे की मदद करनी किसे तरह करनी ਸਾਡੇ ਗੁਰੂ ਸਿਖਾ ਕੇ ਗਏ ਮਤਲਬ ਵੀ ਹਰੇਕ ਦੀ ਮਦਦ ਕਰਨੀ ਕਿਸੇ ਕੇ ਮਾੜਾ ਨਹੀਂ ਕਰਨਾ ਮਦਦ ਕਰਨੀ ਇਹ ਹੁਣ ਕਿਸਾਨ ਵੀ ਮਦਦ ਇਕੱਲੀ ਆਪਣੀ ਨਹੀਂ ਰੱਖੀ ਹੋਈ ਇਹਨਾਂ ਨੇ ਵੀ ਇਹ ਅਵੇਅਰਨੈਸ ਹੈ ਹੋਰ ਵਪਾਰੀਆਂ ਨੂੰ ਵੀ ਸਾਰੇ
ਦੁਕਾਨਦਾਰਾਂ ਨੂੰ ਵੀ ਸਾਰਿਆਂ ਦੇ ਵਿੱਚ ਮਸਲੇ ਰੱਖੇ ਹੋਏ ਆ। ਕੱਲੇ ਆਪਣੇ ਘਰ ਤਾਂ ਨਹੀਂ ਵੀ ਲਾਗੂ ਤਾਂ ਹੈ ਸਾਰਾ ਕੁਝ, ਉਹ ਵੀ ਵਿੱਚ ਮਸਲਾ ਰੱਖਿਆ ਹੋਇਆ ਗੈਲ ਵੀ, ਆਹ ਵੀ ਮਸਲਾ ਦੁਕਾਨਦਾਰੀ ਦਾ ਵਪਾਰੀਆਂ ਦਾ, ਇਹ ਵੀ ਮਸਲੇ ਵਿੱਚ ਹੱਲ ਹੋਣਗੇ, ਹੱਲ ਕਰਾਉਣੇ, ਇਹ ਵੀ ਗੱਲ ਹਾਂ ਹੱਲ ਕਰਾਉਣੇ ਆ ਤਾਂ ਬੈਠੇ ਜੀ ਉੱਥੇ ਤਾਂ ਬੈਠੇ। ਜੇ ਇਕੱਲਾ ਮਸਲਾ ਆਉਂਦਾ ਤਾਂ ਕੱਦਾ ਹੋ ਜਾਣਾ ਤਾਂ ਤਾਂ ਬਹੁਤ ਕੁਛ ਹੈ ਜਿਹੜੇ ਸਟੇਟਾਂ 'ਚ ਲਾਗੂ ਹੋਇਆ ਉਹਨਾਂ ਨੇ ਵੀ ਖੜੇ ਹੋ ਜਾਣਾ। ਸਹੀ ਗੱਲ, ਉਹ ਵੀ ਕਰਨੇ ਪੈਣੇ ਸਰਕਾਰ ਨੂੰ, ਜਦ ਇੱਕ ਪਾਸੇ ਦਿੱਤਾ ਫਿਰ ਉਹ ਵੀ ਕਰਨੇ ਪੈਣੇ। ਹਾਲੇ ਸਰਕਾਰ ਤਾਂ ਹੀ ਇਹੀ ਸੋਚਦੀ ਹੈ ਵੀ ਅਸੀਂ ਕਿਆ ਕਰੀਏ, ਕਿਆ ਕਰੀਏ ਵੀ ਜਿਹੜੇ ਸਟੇਟਾਂ 'ਚ ਪਹਿਲਾਂ ਪਾਸ ਹੋਏ ਪਏ ਹੁਣ ਉਹ ਵੀ ਕੈਂਸਲ ਕਰਨੇ ਪੈਣੇ, ਕਰਨੇ ਪੈਣੇ ਜਾਂ ਇੱਕ ਪਾਸੇ ਤਾਂ ਫਿਰ ਪੰਜਾਬ ਦੀ ਉਹਨਾਂ ਨੇ ਮਦਦ ਮੰਗ ਲਈ, ਜੇ ਇੱਥੇ ਤਾਂ ਹੁਣ ਪੰਜਾਬ ਨੂੰ ਦੇ ਦਿੱਤਾ, ਪੰਜਾਬ ਦੀ ਮਦਦ ਨਾਲ ਪੰਜਾਬ ਤਾਂ ਤਿਆਰ ਹੋਊਗਾ ਜਦ ਵੀ ਅਸੀਂ ਥੋੜ੍ਹੀ ਜਗ੍ਹਾ ਫੁੱਲ ਆਵਾਂਗੇ, ਫੁੱਲ ਆਵਾਂਗੇ ਕਿਉਂਕਿ ਇਹ ਦੂਸਰੇ ਦੀ ਮਦਦ ਕਰਨਾ ਚਾਹੁੰਦਾ ਚਾਹੁੰਦਾ ਹੈ। ਜੇ ਸਰਕਾਰ ਵੀ ਚਾਹੁੰਦੀ ਤਾਂ ਸਰਕਾਰ ਦੀ ਮਦਦ ਕਰ ਦਿੰਦੇ। ਸਹੀ ਗੱਲ, ਆਪਣੀ ਮਦਦ ਕਰ ਦਵਾ ਜੋ ਪੈਸੇ ਤਾਂ ਪੰਜਾਬ ਨੂੰ ਉਵੇਂ ਦੇ ਦੇਣੇ ਇਹਨਾਂ ਨੂੰ। ਸਹੀ ਗੱਲ, ਕਰਦੀ ਜੀ ਵੀਡੀਓ ਬੰਦ ਫਿਰ। ਹਾਂ, ਅਤੇ ਹੁਣ ਤੁਹਾਡੇ ਕੋਲ ਬਹੁਤ ਸਾਰੀਆਂ ਗੱਲਾਂ ਹੋ ਗਏ ਜੀ, ਅਤੇ ਮਤਲਬ ਜੇ ਗੱਲਾਂ ਵਧੀਆ ਲੱਗੀਆਂ ਸਾਰਿਆਂ ਨੂੰ ਤਾਂ ਵੱਧ ਸ਼ੇਅਰ ਕਰਿਓ ਅਤੇ ਲਾਈਕ ਕਰਿਓ, ਅਤੇ ਸਾਰਿਆਂ ਦਾ ਧੰਨਵਾਦ ਜੀ, ਅਤੇ ਮਿਲਦੇ ਫਿਰ ਕਿਤੇ ਅਗਲੀ ਵੀਡੀਓ 'ਚ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। 11